ਭਾਣ ਜਿਹੀ ਮਾਮੀਏ ਗੁੱਸੇ ਹੋਏ ਖੜੀ ਆ। ਗੁੱਸੇ ਹੋਵਾਂ ਨਾ, ਤੈਨੂੰ ਨੀ ਪਤਾ ਕਿਉਂ ਗੁੱਸੇ ਹੋਈ ਖੜੀ ਆ। ਕੀ ਗੱਲ ਹੋ ਗਈ? ਅੱਛਾ ਹਜੇ ਕੀ ਗੱਲ ਹੋ ਗਈ? ਜੇ 2 ਮਿੰਟ ਮੈਂ ਇੱਥੇ ਘਰੇ ਹੱਸ ਖੇਡ ਲੈਣੀਆਂ ਬੁਲਾ ਲੈਣੀਆਂ ਤੇ ਤੂੰ ਉਹਨੂੰ ਕਿਉਂ ਕਿਹਾ ਕਿਪੂ ਨੂੰ ਵੀ ਤੂੰ ਭੱਗ ਜਾ ਇੱਥੋਂ? ਚਾਰ ਕਾਇ ਤਾਂ ਕਹਾਤਾ ਹੁਣ ਨਾ ਕਹੂੰ। ਉਹ ਤਾਂ ਮੈਂ ਮਸਾਂ ਦਿਨ ਕੱਟੀਆਂ ਕਰਦੀਆਂ ਜੇ ਮੇਰਾ ਨਹੀਂ ਲੱਗਦਾ ਹੈਗਾ ਘਰੇ, ਹੁਣ ਵਧੀਆ ਕੱਲ ਦਾ ਮੇਰਾ ਜੀ ਲੱਗਣ ਲੱਗਿਆ। ਤੇਰਾ ਜੀ ਤਾਂ ਲੱਗ ਗਿਆ, ਉੱਠਣ ਸਾਰੇ ਤੂੰ ਉਹਨੂੰ ਕਹਿਤਾ ਅੱਖ ਭੱਗ ਜਾ ਇੱਥੋਂ। ਮੈਨੂੰ ਪਤਾ ਹੀ ਆ ਕਿਹੜੀਆਂ ਪਿਆਰ ਦੀਆਂ ਗੱਲਾਂ ਕਰਨੀਆਂ, ਉਹਦੇ ਸਾਹਮਣੇ ਕਰਦਾ ਸਭ ਕੁਛ। ਕਰਦਾ ਕਿਉਂ ਨੀ ਮੈਂ? ਲੋਕ ਦਿਖਾਵਾ ਕਰਦਾ ਤੂੰ, ਲੋਕ ਦਿਖਾਵਾ ਕਿਉਂ ਕਰਦਾ? ਉਹ ਤਾਂ ਤੂੰ ਐਂ ਸੋਚਦਾ ਵੀ ਇਹ ਗੱਲਾਂ ਕਰਦੇ ਹੋਰ ਕਾਹਦੀਆਂ ਕਰਦੇ? ਉਹ ਬਸ ਰਹਿਣਗੇ, ਇੱਥੇ ਕੋਈ ਨਹੀਂ ਸੁਣਦਾ ਹੈਗਾ ਵੀ ਜਿਹੜਾ ਤੂੰ ਪੜਦੇ ਪਾਉਣਾ ਗਾ ਆਪਦੇ ਆਪ ਤੇ, ਹੈ ਨਹੀਂ ਤੇਰੇ ਚ ਕੋਈ ਕਣ ਕੰਡਾ, ਕੀ ਫਾਇਦਾ ਗਾ? ਹਜੇ ਮੇਰੇ ਚ ਨਹੀਂ ਹੈ, ਤੈਨੂੰ ਖੁਦ ਨੂੰ ਪਤਾ ਹੀ ਹੈ। ਉਹ ਗੱਲਾਂ ਆਈਆਂ ਹੀ ਨਾ ਕਰਿਆ ਕਰ, ਤੂੰ ਤੂੰ ਰਹਿਣ ਦੇ ਆ ਗੱਲਾਂ ਨੂੰ, ਉਹੀ ਗੱਲਾਂ ਇੱਕੀ ਦੱਬੀ ਫਿਰੂ ਘੋੜਾ। ਕੱਟ ਲਾਣ ਦੇ ਮੈਨੂੰ ਜ਼ਿੰਦਗੀ, ਜਿਉਂ ਲਾਣ ਦੇ ਮੈਨੂੰ, ਕਿਉਂ ਤੂੰ ਮੈਨੂੰ ਫਾਹੇ ਟੰਗਿਆ ਗਾ? ਤੈਨੂੰ ਮਾਰਦਾ ਤਾਂ ਨਹੀਂ ਫਿਰ ਮੈਂ ਕੱਟ ਲਾ ਜ਼ਿੰਦਗੀ, ਮੈਂ ਤੈਨੂੰ ਕਹਿਣਾ ਬਸ। ਫਿਰ ਇੱਦਾਂ ਮੁੜ ਕੇ ਉਹਨੂੰ ਕਹੀ ਨਾ ਇੱਥੋਂ ਜਾਣ ਨੂੰ, ਜੇ ਉਹ ਗਿਆ ਘਰੋਂ ਤਾਂ ਇਹ ਦੇਖ ਲਈ ਫਿਰ ਮੈਂ ਵੀ ਘਰੋਂ ਜਾਊਂਗੀ। ਅਗੇ ਮੈਂ ਵੀ ਜਾਊਂਗੀ, ਉਹ ਤਾਂ ਹੁਣ ਆਪਦੀ ਡਿਊਟੀ ਤੇ ਵੀ ਜਾਊਗਾ, ਆਪਦੇ ਕੰਮ ਧੰਦੇ ਵੀ ਜਾਊਗਾ। ਕੋਈ ਗੱਲ ਨਹੀਂ, ਸ਼ਾਮ ਨੂੰ ਤਾਂ ਘਰੇ ਆਊਗਾ ਨਾ, ਇੱਥੇ ਆਇਆ ਕਰੂਗਾ। ਚੱਲ 2 ਮਿੰਟ ਹੱਸ ਖੇਡ ਲਾਂਗੇ, ਨਾਲ ਮੇਰਾ ਜੀ ਲੱਗ ਜਾ ਕਰੂਗਾ, ਨਾਲ ਤੇਰਾ ਜੀ ਲੱਗ ਜਾ ਕਰੂਗਾ, ਇੱਥੇ ਦੋਨੇ ਜਣੇ ਆਪਾਂ ਲੜੀ ਜਾਂਦੇ ਹਾਂਗੇ। ਫਿਰ ਮੈਂ ਤੈਨੂੰ ਕਦੋਂ ਕਹਿਣਾ ਵੀ ਉਹਨੂੰ ਜਮੀ ਘਰੋਂ ਭੇਜਣਾ ਗਾ? ਉਹ ਤਾਂ ਮੈਂ ਐਂ ਕਹਿੰਦਾ ਸੀ ਉਹਨੂੰ ਵੀ ਤੂੰ ਚੱਲ ਅੱਡ ਬਹਿ ਜਾ ਕਰ, ਵੀ ਉਹ ਕਿਹੜਾ ਨਿਆਣਾ ਗਾ। ਪਹਿਲਾਂ ਤਾਂ ਪੁੱਠੀਆਂ ਸਿੱਧੀਆਂ ਗੱਲਾਂ ਕਰੀ ਜਾਊਗਾ, ਮਗਰੋਂ ਫਿਰ ਇੱਥੇ ਮਨਾਉਣ ਆਜੂਗਾ ਮੈਨੂੰ। ਤੂੰ ਕਿਉਂ ਗੁੱਸੇ ਹੋ ਰਹੀ ਹਾਂ? ਪਰੇ ਹੋ ਜਾ, ਮੈਨੂੰ ਹੱਥ ਜਾਣਾ ਲਾ। ਹਜੇ ਤੂੰ ਕਹਿੰਦਾ ਕਿਉਂ ਗੁੱਸੇ ਹੋ ਰਹੀ ਆ? ਤੂੰ ਨਾ ਕਿਪੂ ਨੂੰ ਨਾਲੇ ਐਂ ਵੀ ਕਿਹਾ ਗਾ, ਕਹਿੰਦਾ ਬਾਗ ਜਾ ਡਿਊਟੀ ਤੇ ਆਪਦਾ, ਕਹਿੰਦਾ ਜੇ ਜਾਣਾ ਗਾ ਤੇ ਆਪਦਾ ਨਾਲੇ ਹੋਰ ਦੇਖ ਲਈ, ਕਹਿੰਦਾ ਟਿਕਾਣਾ ਰਹਿਣ ਨੂੰ ਇੱਥੇ ਤੇਰੀ, ਕਹਿੰਦਾ ਮਾਮੀ ਮਗਰੋਂ ਕੱਲੀ ਹੁੰਦੀ ਆ। ਕਿਉਂ ਉਹ ਮੈਨੂੰ ਮੂੰਹ ਚ ਪਾ ਲਊਗਾ? ਚੁੰਬੜਦਾ ਸੀ ਮੈਨੂੰ ਕੋਈ? ਉਹ ਤਾਂ ਮੈਂ ਕਿਹਾ ਮੈਂ ਕਿਹੜਾ ਮੁੱਕਰਦਾ। ਫਿਰ ਇਹ ਕਹਿਣ ਦਾ ਕੀ ਮਤਲਬ ਹੋਇਆ? ਅੱਜ ਤਾਂ ਠੰਡ ਜੀ ਆ, ਮੀਂਹ ਨੇ ਮੌਸਮ ਸਾਫ਼ ਕਰਤਾ, ਕਿੰਨਾ ਸ਼ਾਂਤ ਮਾਹੌਲ ਆ ਯਾਰ ਇੱਥੇ ਤਾਂ। ਮਾਮੀ ਦੇ ਪਿੰਡ ਤਾਂ ਯਾਰ ਜੀ ਲੱਗਦਾ ਗਾ। ਲੈ ਆ ਖੜਾ ਗਾ ਕੀਪੂ, ਮੈਂ ਤੈਨੂੰ ਹੇਠਾਂ ਭਾਲੀ ਜਾਂਦੀ ਹਾਂ। ਬਸ ਇੱਥੇ ਕੀ ਕਰਦਾ ਸੀ? ਠੰਡੀ ਠੰਡੀ ਹਵਾ ਖਾਣ ਆ ਗਿਆ, ਮੀਂਹ ਪੈ ਕੇ ਮੌਸਮ ਸਾਫ਼ ਹੋ ਗਿਆ। ਮੈਂ ਕੰਮ ਨਿਬੇੜ ਕੇ ਹਟੀ, ਮੈਂ ਆਖਾਂ ਚੱਲ ਕੀਪੂ ਕੋਲ ਬਹਿ ਨਹੀਂ ਗਾ, 2 ਮਿੰਟ ਗੱਲਾਂ ਮਾਰਦੀਆਂ, ਦੇਖਿਆ ਤਾਂ ਦਿਸੇ ਨੀ ਹੈਗਾ ਨਾ ਰੂਮ ਚ। ਫਿਰ ਮੈਂ ਚੱਲ ਕੀ ਏ ਸੀ ਵਾਲੇ ਰੂਮ ਚ ਬੈਠਾ ਹੋਵੇ, ਮੇਰੇ ਵਾਲੇ ਚ ਉਧਰ ਵੀ ਹੈ ਨੀ ਸੀ। ਮੈਂ ਚੱਲ ਫਿਰ ਠੰਡੀ ਮੀਂਹ ਪੈ ਕੇ ਹੜਿਆ ਸੀ ਤਾਂ, ਹਾਂ ਜੋ ਮੌਸਮ ਮਾਰਿਆ ਹੀ ਹੈ ਹਨਾ। ਹੋਰ ਅੱਜ ਤਾਂ ਪਕੌੜੇ ਬਣਾ ਲਈ। ਹਾਂ ਪਕੌੜੇ ਬਣਾ ਲੈਣੀ ਆ। ਹੋਰ ਯਾਰ ਕੋਈ ਗੱਲ ਨੀ, ਕਿ ਸਮੋਸੇ ਬਣਾਉਣੇ ਇਕੱਲੇ? ਨਾ ਪਕੌੜੀ ਬਣਾ ਲੈ। ਪਕੌੜੇ ਖਾਏਗਾ? ਸਮੋਸੇ ਫੇਰ ਕੀ ਮੈਂ ਨਹੀਂ ਤਾਂ ਪੂੜੇ ਖਾਂਦੇ ਹੁੰਦੇ ਆਗੇ ਮਿੱਠੇ, ਤੂੰ ਪਕੌੜੇ ਭਾਲਦਾ। ਨਮਕੀਨ ਖਾਣ ਨੂੰ ਦਿਲ ਕਰਦਾ। ਅੱਛਾ ਮਿੱਠਾ ਖਾਣ ਨੂੰ ਨਹੀਂ ਹੈ।
ਮਿੱਠਾ ਖਾ ਖਾ ਕੇ ਧੱਕੇ ਪਏ ਹਾਂ। ਚੱਲ ਕੋਈ ਗੱਲ ਨੀ, ਪਕੌੜੇ ਬਣਾ ਦਿੰਦੀ ਆ, ਹੁਕਮ ਕਰ। ਮੈਂ ਹੱਚ ਮਾਮੇ ਇੱਕ ਗੱਲ ਪੁੱਛਣੀ ਸੀਗੀ। ਪੁੱਛੋ। ਵਿਆਹ ਹੋਏ ਨੂੰ ਤਾਂ ਮਾਮੇ ਨਾਲ ਇੰਨਾ ਚਿਰ ਹੋ ਗਿਆ, ਫਿਰ ਤੁਸੀਂ ਜਵਾਕ ਜਵੂਕ ਕੋਈ ਕੀਤੀ ਨੀ ਗਾ, ਜਵਾਕ ਆ ਤਾਂ ਨੀ ਹੋਇਆ ਤੁਹਾਡੇ ਹਾਲੇ ਤੱਕ? ਜਵਾਕ ਕੀ ਦੱਸਾਂ ਕੀ ਪੂ ਤੈਨੂੰ ਮੈਂ, ਜਵਾਕ ਕਿਵੇਂ ਹੋ ਜੂਗਾ ਜਦੋਂ ਕੁਛ ਹੈ ਨਹੀਂ ਹੈ, ਹੁੰਦਾ ਕਰਦਾ ਹੀ ਨਹੀਂ ਹੈਗਾ ਕੁਛ, ਜਵਾਕ ਕਿਵੇਂ ਹੋ ਜੂ ਭਲਾ? ਇੱਕ ਤਾਂ ਉਹਨੂੰ ਉਮਰ ਦਾ ਵੱਡਾ ਮਾਮਾ ਤੇਰਾ ਰਹਿੰਦਾ ਖੁੰਦਾ, ਜਿਹੜੀ ਇਹਨੂੰ ਅੰਦਰੋਂ ਕਮਜ਼ੋਰੀ ਆ, ਜਵਾਕ ਕਿਵੇਂ ਹੋ ਜੂਗਾ? ਮੈਂ ਤਾਂ ਲੋਕਾਂ ਭਾਵੇਂ ਇੱਕ ਦਿਨ ਕੱਟੀਆਂ ਕਰੀ ਜਾਂਦੀ ਹੈਗੀ ਇੱਥੇ, ਲੋਕਾਂ ਭਾਵੇਂ ਇਹਦੀ ਘਰ ਵਾਲੀਆਂ ਵਿਆਹੀ ਹੋਈ ਹੈਗੀ, ਬਸ ਇੱਕ ਜਾਇਦਾਦ ਆ, ਇੱਕ ਪੈਸਾ ਦੇਖ ਕੇ ਬੈਠੀ ਹੈਗੀ ਇੱਥੇ। ਤੂੰ ਦੇਖੀ ਤਾਂ ਜਾਂਦਾ ਗਾ ਹੁਣ, ਸਿੱਧੇ ਮੂੰਹ ਤਾਂ ਮੇਰੇ ਨਾਲ ਊਂ ਵੀ ਨਹੀਂ ਬੋਲਦਾ, ਕਮੀਆਂ ਉਹਦੇ 'ਚ ਆਪ 'ਚ ਨਹੀਂ ਗੀਆਂ, ਗੁੱਸਾ ਮੇਰੇ 'ਤੇ ਲਾ ਦਿੰਦਾ ਗਾ। ਮੈਂ ਤਾਂ ਜਿਵੇਂ ਚੁੱਪ ਕਰ ਜਾਂਦੀ ਹਾਂ, ਕਰ ਜਾਂਦੀ ਹਾਂ ਵੀ ਚੱਲ ਕੀ ਹੁੰਦਾ ਗਾ, ਟਾਈਮ ਪਾਸ ਹੋ ਜੂਗਾ। ਕੋਲੇ ਬਹਿ ਕੇ ਦੋ ਮਿੰਟ ਕੋਈ ਪਿਆਰ ਦੀ ਗੱਲ ਨਹੀਂ ਕਰਨੀ ਉਹਨੇ, ਜੇ ਰਾਤ ਨੂੰ ਪੈ ਗਏ ਤਾਂ ਮੂੰਹ ਪਾਸੇ ਕਰਕੇ ਪੈ ਜਾਣਾ ਗਾ, ਕੋਈ ਮੇਰੇ ਗੰਨੀ ਪਾਸੇ ਮੂੰਹ ਨਹੀਂ ਕਰਨਾ, ਕੋਈ ਬਹਿ ਕੇ ਪਿਆਰ ਦੀ ਗੱਲ ਨਹੀਂ ਕਰਨੀ, ਜਵਾਕ ਕਾਹਦੇ ਨਾਲ ਹੋ ਜੂਗਾ? ਪਰ ਮਾਮੀ ਤੂੰ ਦਵਾਈ ਦਵੂਈ ਦਵਾ ਯਾਰ, ਪੈਸਾ ਤਾਂ ਆਇਆ ਤੁਹਾਡੇ ਅਗਰੀ ਦਾ ਗਾ। ਦਵਾਈਆਂ ਇੱਥੇ ਕਿਪੂ ਦਵਾਈਆਂ ਮੈਟਰ ਨਹੀਂ ਕਰਦੀਆਂ ਹੈਗੀਆਂ, ਦਵਾਈਆਂ ਕੋਈ ਮੈਟਰ ਨਹੀਂ ਕਰਦੀਆਂ ਹੈਗੀਆਂ, ਜਦੋਂ ਆਪ ਨੂੰ ਸੁੱਟੀ ਨਾ ਮਿਲੇ, ਕੋਈ ਪਿਆਰ ਹੀ ਨਾ ਮਿਲੇ, ਜਿਹੜੀ ਅੰਦਰੋਂ ਕਮਜ਼ੋਰੀ ਹੈਗੀ ਇਹਨੂੰ ਉਹ ਨਹੀਂ ਨਾ ਪੂਰੀ ਹੁੰਦੀ ਹੈਗੀ, ਫਿਰ ਤਾਂ ਔਖੀ ਹੈ ਯਾਰ, ਹੈ ਨਾ? ਮੈਨੂੰ ਤਾਂ ਐਂ ਸੀ ਮੈਂ ਤੁਸੀਂ ਖੁਸ਼ ਹੋਵੋਗੇ, ਚੱਲ ਆਹ ਮਾੜੀ ਮੋਟੀ ਲੜਾਈ ਝਗੜਾ ਤਾਂ ਹਰੇਕ ਦੇ ਘਰ ਹੁੰਦੀ ਹੁੰਦਾ ਗਾ, ਮਾਮੇ ਬਾਰੇ ਮੈਨੂੰ ਆਹ ਗੱਲ ਤਾਂ ਜਮੀ ਨਹੀਂ ਪਤਾ ਸੀਗੀ। ਕਿਹੜੀ ਖੁਸ਼ ਆਂਗੀ, ਬਸ ਲੋਕਾਂ ਭਾਵੇਂ ਦਿਨ ਘਟੀਆਂ ਕੱਢ ਰਹੀਆਂ, ਮੈਂ ਤਾਂ ਤੜਫ ਰਹੀ ਹੈਗੀ ਪਿਆਰ ਵਾਸਤੇ, ਆਪਦੇ ਉਹੀ ਗੱਲ ਸੰਸਾਰ ਅੱਗੇ ਵਧਾਉਣ ਵਾਸਤੇ, ਵੀ ਕੋਈ ਇਸ ਤਰ੍ਹਾਂ ਦਾ ਜੀਵਨ ਸਾਥੀ ਹੁੰਦਾ ਜਿਹਦੇ ਨਾਲ ਮੇਰੀ ਅੱਗੇ ਜ਼ਿੰਦਗੀ ਵੱਧਦੀ, ਜਵਾਕ ਵੀ ਹੁੰਦਾ ਅਤੇ ਮੈਨੂੰ ਮਨ ਚਾਹਿਆ ਮੇਰਾ ਪਿਆਰ ਵੀ ਮਿਲਦਾ ਅਤੇ ਮੇਰੇ ਤਨ ਮਨ ਨੂੰ ਸੰਤੁਸ਼ਟੀ ਵੀ ਮਿਲਦੀ ਪਿਆਰ ਕਰਕੇ, ਮੈਂ ਤਾਂ ਤੜਫਦੀ ਹੈਗੀ। ਔਖੀ ਆ ਮੰਮੀ, ਹੈ ਨਾ ਯਾਰ ਤੇਰਾ ਤਾਂ, ਪਰ ਤੂੰ ਹੈ ਉਦੋਂ ਵਿਆਹ ਦੇਖ ਕੇ ਕਰਾਉਣਾ ਸੀਗਾ ਤਾਂ, ਬਸ ਉਦੋਂ ਕਿਹੜਾ ਪਤਾ ਲੱਗਦਾ ਹੁੰਦਾ ਗਾ, ਉਦੋਂ ਤਾਂ ਉਹੀ ਗੱਲ ਕੁਛ ਨਹੀਂ ਦਿੰਦਾ ਹੁੰਦਾ ਗਾ, ਕੁਛ ਘਰਦਿਆਂ ਦੀ ਜਦੋਂ ਮਰਜ਼ੀ ਹੋਵੇ ਉਦੋਂ ਤੇ ਪੁੱਤ ਕੁਛ। ਅੱਜ ਕੱਲ੍ਹ ਹੁਣ ਥੋੜ੍ਹਾ ਜਿਹਾ ਮਾਪਿਆਂ ਦਾ ਵੀ ਉਹ ਹੈਗਾ ਮਾਮੀ, ਹੁਣ ਉਮਰ ਨਹੀਂ ਦੇਖਦੇ, ਅੱਜ ਕੱਲ੍ਹ ਜਾਇਦਾਦ ਵਾਲੀ ਦੇਖਣ ਲੱਗ ਗਏ। ਜਾਇਦਾਦ ਬਸ ਜਾਇਦਾਦ ਦੇ ਮਗਰ ਹੀ ਮੈਨੂੰ ਫਸਾਤਾ ਇੱਥੇ। ਹੁਣ ਤੇਰੀ ਇਕੱਲੀ ਜਾਇਦਾਦ ਕੀ ਕਰੂਗੀ ਜੇ ਤੂੰ ਖੁਸ਼ ਹੀ ਨਹੀਂ ਹੈਗੀ? ਕੁਛ ਨਹੀਂ ਕਰਦਾ ਹੁਣ, ਦੇਖੀ ਜਾਂਦਾ ਹੁਣ ਤੈਨੂੰ ਵੀ ਕਿੰਨੇ ਦਿਨ ਹੋ ਗਏ ਇੱਥੇ ਰਹਿੰਦੇ ਨੂੰ, ਕੀ ਜ਼ਿੰਦਗੀ ਆ ਮੇਰੀ, ਮੂੰਹ ਨਹੀਂ ਬੋਲਦਾ। ਉਹੀ ਤਾਂ ਗੱਲ ਆ, ਇੱਕ ਜ਼ਿੰਦਗੀ ਮੈਂ ਤਾਂ ਕੱਟ ਰਹੀ ਹੈਗੀ ਇੱਥੇ, ਮੈਂ ਜਿਉਂ ਰਹੀ ਹਾਂ ਕੋਈ ਜ਼ਿੰਦਗੀ? ਚਲੋ ਉਹ ਤਾਂ ਜਿਹਾ ਉਹ ਤਾਂ ਕੁਛ ਹੁੰਦਾ ਨਹੀਂ, ਹੁੰਦਾ ਨਹੀਂ, ਚਲੋ ਉਹ ਤਾਂ ਕਮਜ਼ੋਰੀ ਹੋ ਗਈ ਹੋਊਗੀ, ਬੰਦਾ ਊਂ ਪਿਆਰ ਨਾਲ ਬੋਲ ਪਏ, ਊਂ ਪਿਆਰ ਨਾਲ ਰਹਿ ਪਏ, ਇਹੀ ਸਹਾਰਾ ਹੋ ਜਾਂਦਾ ਗਾ। ਨਾ ਮੈਨੂੰ ਕਿਤੇ ਖੜਨ ਦੇਵੇ, ਨਾ ਕਿਤੇ ਮੈਨੂੰ ਜਾਣ ਦੇਵੇ ਇਕੱਲੀ ਨੂੰ, ਹੈਂ ਬਸ ਇੰਨਾ ਕਾਗਾ ਵੀ ਮੂੰਹੋਂ ਮੰਗੀ ਕੋਈ ਵੀ ਚੀਜ਼ ਆ, ਕੋਈ ਸਮਾਨ ਆ, ਉਹ ਮੈਨੂੰ ਜ਼ਰੂਰ ਮਿਲ ਜਾਂਦਾ ਇਸ ਘਰ 'ਚ। ਉਹ ਯਾਰ ਮਾਮੀ, ਸਮਾਨਾਂ ਨਾਲ ਖੁਸ਼ੀਆਂ ਤਾਂ ਨਹੀਂ ਹੁੰਦੀਆਂ? ਨਹੀਂ ਮਿਲਦੇ, ਨਹੀਂ ਨਹੀਂ, ਸਮਾਨਾਂ ਨਾਲ ਥੋੜੀ ਕੋਈ ਮਨ ਭਰ ਜਾਂਦਾ ਗਾ, ਜਿਹੜੀ ਮਾਨਸਿਕ ਸੰਤੁਸ਼ਟੀ ਆ ਸਰੀਰ ਦੀ, ਉਹ ਤਾਂ ਫਿਰ ਇੱਕ ਮਰਦ ਨਾਲ ਹੀ ਪੂਰੀ ਹੁੰਦੀ, ਮਰਦ ਨਾਲ ਹੀ ਪੂਰੀ ਹੋਣੀ ਆ। ਉਹ ਤਾਂ ਦੇਖ ਤੂੰ ਵੀ ਜਾਣੀ ਜਾਣਾ, ਤੂੰ ਕਿਹੜਾ ਕੋਈ ਹੁਣ ਨਿਆਣਾ ਗਾ, 20-21 ਸਾਲ ਦਾ ਗਾ, ਫਿਰ ਇੰਨੀ ਕੁ ਸਮਝ ਤਾਂ ਹੁਣ ਮੈਨੂੰ ਵੀ ਹੈਗੀ ਆ। ਤੇ ਫਿਰ ਮਾਮੀ ਤੁਸੀਂ ਫਿਰ ਇਹਨੂੰ ਛੱਡ ਕੇ, ਮਾਮੇ ਨੂੰ ਛੱਡ ਕੇ ਕੋਈ ਹੋਰ ਵਿਆਹ ਵਿਹੂ ਕਰਾਉਣ ਬਾਰੇ ਨਹੀਂ ਸੋਚਿਆ?
ਵਿਆਹ ਕਰਾ ਕੇ ਹੋਰ ਕੀ ਕਰੂੰਗੀ, ਜਿਹੜੀ ਬਦਨਾਮੀ ਹੋਊਗੀ ਆਪਦੀ ਹੂ ਲੈਦਾ ਹੋਊਗੀ, ਅਗਲਾ ਕੋ ਇੱਥੇ ਕੱਟਿਆ ਨਹੀਂ ਗਿਆ ਇਹਦੇ ਤੋਂ, ਕੋਈ ਐਂ ਥੋੜ੍ਹੀ ਕਹਿਣਾ ਕਿਸੇ ਨੇ ਵਿੱਚ ਕੀ ਕਮੀ ਸੀ, ਕਾਹਤੋਂ ਤਲਾਕ ਹੋ ਗਿਆ ਵੀ ਮੈਂ ਹੋਰ ਪਾਸੇ ਕਰਵਾਊ। ਕੀ ਪਤਾ ਅੱਗੇ ਚੱਲ ਕੇ ਮੇਰੇ ਜ਼ਿੰਦਗੀ 'ਚ ਕਿਵੇਂ ਕੀ ਲਿਖਿਆ ਪਿਆ ਗਾ ਕਿਸਮਤ 'ਚ ਮੇਰੇ। ਫਿਰ ਐਂ ਤਾਂ ਫਿਰ ਹਾਲੇ ਤੇਰੀ ਉਮਰ ਵੀ ਕੀ ਆ ਮਾਮੀ ਏ ਯਾਰ, ਐਂ ਤਾਂ ਔਖਾ ਹੀ ਹੋ ਜੂਗਾ। ਕੀੜੇ ਚੜਾਈ ਫਿਰਦੇ ਮਾਮੀ ਤੂੰ ਤਾਂ। ਅੱਛਾ ਕੀੜੇ ਤਾਂ ਉਹ ਸੀ ਉਧਰ ਝਾੜੂ ਕੱਢ ਕੇ ਆਈ ਸੀਗੀ ਨਾ, ਕੱਚੇ ਥਾਂ 'ਚ ਕੀੜੇ ਵਾਲੇ ਹੈਗੇ। ਕਹਿੰਦਾ ਯਾਰ ਤੁਹਾਡੀ ਉਮਰ ਹੀ ਕੀ ਆ ਹਲੇ ਯਾਰ, ਸਾਰੀ ਜ਼ਿੰਦਗੀ ਪਈ ਆ ਉਹਦਾ, ਚੱਲ ਹੁਣ ਉਮਰ ਸਿਰ ਹੋ ਰਿਹਾ ਮਾਮਾ ਤਾਂ। ਬਸ ਕੀ ਕਰਾਂ, ਵਾਲੇ ਵਾਰੀ ਰਿਸ਼ਤੇਦਾਰਾਂ ਨਾਲ ਗੱਲ ਵੀ ਕਰੀ ਆ ਕਿ ਹਾਂ ਵੀ ਆ, ਬਸ ਉਹਨਾਂ ਨੂੰ ਤਾਂ ਤੁਸੀਂ ਭੜਕਦੇ ਫਿਰੋਗੇ, ਜਿਉਂਦੀ ਰੂਹ ਹੀ ਭੜਕਦੀ ਫਿਰੂ ਤੇਰੀ ਮਾਮੀ ਹੈ। ਕੁਛ ਨਹੀਂ ਕਰ ਸਕਦੀ ਹੁਣ ਤਾਂ ਮੈਂ, ਜਿਵੇਂ ਹੈਗਾ ਟਾਈਮ ਪਾਸ ਹੋ ਹੀ ਜਾਂਦਾ ਵਾ। ਚੱਲ ਮਾਮੀ ਯਾਰ ਐ ਮਨ ਹੌਲਾ ਨਾ ਕਰਿਆ ਕਰ, ਕਦੇ ਤਾਂ ਰੱਬ ਸੁਣੂਗੀ। ਚੱਲ ਕੋਈ ਗੱਲ ਨਹੀਂ, ਬਸ ਤੂੰ ਤਾਂ ਮੇਰੇ ਦੁੱਖਾਂ 'ਚ ਆਪ ਹੋ ਕੇ ਬਹਿ ਗਿਆ, ਆਪ ਦੁਖੀ ਹੋਣ ਲੱਗ ਗਿਆ। ਚੱਲ ਹੁਣ ਪਤੌੜ ਪਤੂੜ ਬਣਾ ਦੇ। ਹਾਂ ਹਾਂ ਆ ਜਾ ਪਕੌੜੇ ਬਣਾ ਦੇ, ਆ ਜਾ ਚਲ ਮੇਰੀ ਹੈਲਪ ਕਰਾ ਦੇ ਤੂੰ। ਚੱਲ ਮੈਂ ਆਲੂ ਹੀ ਚੀਰ ਦੂੰ। ਆ ਜਾ ਆ ਜਾ ਜਾ ਕਿਪੂ, ਪੂਰੀ ਪੈ ਜਾ ਸਾਡੇ ਕੋਲ ਹੀ। ਮਾਮਾ ਜਾਂ ਫਿਰ ਮਾਮੀ ਲੋਟ ਨਹੀਂ ਹੁੰਦਾ, ਉਹਨੂੰ ਉਹ ਇਤਰਾਜ ਜਾਂ ਬਾਲਾ ਮੰਨਦਾ ਗਾ। ਕੋਈ ਇਤਰਾਜ ਨਹੀਂ ਮੰਨਦਾ ਹੈਗਾ, ਕੋਈ ਗੱਲ ਨਹੀਂ, ਤੇਰੇ ਮਾਮੇ ਨੂੰ ਮੈਂ ਆਪੀ ਗੱਲ ਕਰ ਲੂੰਗੀ, ਆਪੀ ਸਮਝਾ ਦੂੰਗੀ, ਤੂੰ ਉਹਦੀ ਟੈਨਸ਼ਨ ਨਾ ਲੈ, ਠੀਕ ਹੈ ਨਾ। ਕੁਛ ਨਹੀਂ ਕਹਿੰਦਾ ਹੈਗਾ ਤੇਰਾ ਮਾਮਾ। ਇੱਥੇ ਬਹੁਤ ਸੋਹਣੀ ਨਹੀਂ ਆਉਂਦੀ ਮਾਮੀ, ਪਤਾ ਨਹੀਂ ਤੁਸੀਂ ਪਏ ਹੁੰਨੇ ਕੋਲੇ। ਕੋਈ ਗੱਲ ਨਹੀਂ, ਫਿਰ ਕੀ ਹੁੰਦਾ ਹੈਗਾ, ਮੈਨੂੰ ਪਤਾ ਹੈਗਾ ਵੀ ਨੀਂਦ ਕਿਉਂ ਇੱਥੇ ਵਧੀਆ ਹੁੰਦੀ ਹੈਗੀ, ਵਧੀਆ ਜੀ ਲੱਗਾ ਰਹਿੰਦਾ, ਨਾਲੇ ਤਾਂ ਗੱਲਾਂ ਮਾਰ ਲੈਂਦੇ ਆ, ਨਾਲੇ ਕਮਰਾ ਇਹ ਠੰਡਾ ਰਹਿੰਦਾ, ਬਾਕੀ ਬੈਡਾਂ ਤੇ ਸਕੂਨ ਤਾਂ ਆਉਂਦਾ ਹੀ ਆ, ਪਹਿਲਾਂ ਕਿੱਥੇ ਮੰਜੇ ਤੇ ਕਿੱਥੇ ਬੈਡਾਂ ਤੇ, ਹੈ ਨਾ। ਫਰਕ ਤਾਂ ਬਾਲਾ ਆ ਗਿਆ। ਚੱਲ ਐਂ ਕਰ, ਇੱਧਰ ਨੂੰ ਲੋਟ ਜੇ ਹੋ ਕੇ ਪੈ ਜਾ, ਉਰੀ ਪੈ ਜੀ ਵਿਚਾਲੇ ਤੂੰ। ਮਗਾ ਵਿਚਾਲੇ ਤੂੰ ਸਾਈਡ ਤੇ, ਮੈਨੂੰ ਡਰ ਲੱਗਾ। ਹੋਰ ਹੁਣ ਐਂ ਨਹੀਂ ਪਤਾ ਲੱਗ ਇੱਧਰ ਕਿਆ ਕਰਦੇ, ਲੱਗ ਕਿੰਨਾ ਕੁ ਵੇਲਾ ਹੋਇਆ। ਅਹੀਂ ਬਸ ਕਰੋ ਬੜਦਾ ਕਰਨੀ ਇਸ ਸਵੇਰ। ਅਹੀਂ ਹੈ ਤੇਰੇ ਮੰਮੀ ਦਾ ਕੰਮ ਤਾਂ। ਮਾਮੀ ਤੇਰਾ ਖਿਆਲ ਤਾਂ ਜਮੀ ਨਹੀਂ ਹੋਣਾ। ਐਂ ਨਹੀਂ ਪਤਾ ਹੁਣ ਜੇ ਪੀ, ਐਂ ਨਹੀਂ ਪਤਾ ਪੀ ਕੇ ਆ ਜੇ ਇੱਥੇ ਇੱਧਰ ਉੱਧਰ ਪੈ ਜੇ, ਹਨਾ। ਕੋਈ ਪਤਾ ਨਹੀਂ, ਜੇ ਤਾਂ ਬਾਹਰ ਡੱਕਾ ਹੁੰਦਾ ਨਹੀਂ ਪਤਾ, ਮੈਂ ਤਾਂ ਕੱਲੀ ਪੈਂਦੀ ਹੈਗੀ ਉਰੇ, ਫਿਰ ਬਾਹਰ ਹੀ ਪੈ ਜਾਂਦਾ, ਤਾਂ ਕਿ ਡਿੱਗ ਪੈਂਦਾ, ਫਿਰ ਮੈਂ ਕਿਹੜਾ ਠੋਣੀ ਹੁੰਦੀ ਹੈਗੀ ਉਹਨੂੰ। ਕੱਲੀ ਪੈ ਰਹੇ ਨੇ ਬਸ ਤੁਸੀਂ, ਕੱਲੀ ਪੈ ਜਾਂਦੀ ਹੈ, ਹੋਰ ਮੇਰੇ ਨਾਲ ਕੌਣ ਹੋਊਗਾ। ਨੀਂਦ ਤੁਹਾਨੂੰ ਕਿਵੇਂ ਆਉਂਦੀ ਹੁਣ ਕੱਲੇ ਨੂੰ, ਹਨਾ। ਨੀਂਦਾਂ ਤਾਂ ਕਿਹੜੀਆਂ ਆਉਣੀਆਂ ਨੇਗੀਆਂ, ਬਸ ਪੁੱਠੇ ਸਿੱਧੇ ਖਿਆਲ ਆਈ ਜਾਂਦੇ ਰਹਿੰਦੇ, ਬਸ ਆਈ ਜੀ ਕਰੀ ਜਾਂਦਾ ਰਹਿੰਦਾ ਵੀ ਇਹ ਜ਼ਿੰਦਗੀ ਨਾਲ ਤਾਂ ਮੈਂ ਮਰ ਹੀ ਜਾਣਾ। ਉਹ ਮੰਮੀ ਯਾਰ ਇਹ ਜੇ ਖਿਆਲ ਤਾਂ ਨਾ ਉਹ ਕਰਿਆ ਕਰੋ, ਐਵੇਂ ਲੱਗਦਾ ਕਿ ਕੋਈ ਜਦੋਂ ਕੋਲੇ ਨਾ ਕੋਈ ਹੋਵੇ ਨਾ, ਫਿਰ ਜੀ ਨਹੀਂ ਲੱਗਦਾ ਹੈਗਾ। ਜੇ ਹੁਣ ਮੈਂ ਇੱਥੇ ਪਈ ਹੈਗੀ, ਉਹਨੇ ਉੱਧਰ ਮੂੰਹ ਕਰਕੇ ਪੈ ਜਾਣਾ ਗਾ, ਕੋਈ ਜ਼ਿੰਦਗੀ ਹੈਗੀ ਮੇਰੀ ਫਿਰ? ਉਦੋਂ ਫਿਰ ਸੱਤ ਬਗਾਨੇ ਵਾਲਾ ਕੰਮ ਹੋ ਗਿਆ ਹੁੰਦਾ ਗਾ। ਮੈਨੂੰ ਪਤਾ ਮੈਂ ਜਿਵੇਂ ਦਿਨ ਕੱਟ ਗਈਆਂ, ਰਾਤ ਕਿਵੇਂ ਵੀ ਸੀਗਾ, ਕੱਲ ਰਾਤ ਤੂੰ ਇੱਥੇ ਪੈ ਗਿਆ, ਐਂ ਜਿਹਾ ਲੱਗਿਆ ਮਨ ਨੂੰ ਮੇਰਾ ਸਕੂਨ ਜਿਹਾ ਮਿਲਿਆ ਵੀ ਹਾਂ ਮੈਨੂੰ ਨੀਂਦ ਆ ਗਈ ਵਧੀਆ, ਵੀ ਕੋਈ ਤਾਂ ਮੇਰੇ ਕੋਲੇ ਪਿਆ ਗਾ। ਇਹਦਾ ਫਰਕ ਹੁੰਦਾ ਜੀ, ਜੋ ਆਪਣਾਪਣ ਜਾਂ ਲੱਗਣ ਲੱਗ ਜੇ ਤਾਂ ਉਹ ਤਾਂ ਦੂਰੋਂ ਦੇਖਣ ਦੇਖਣ ਨੂੰ ਤੁਸੀਂ ਖੁਸ਼ ਜੇ ਲੱਗਦੇ ਹੋ ਵੀ ਤੂੰ ਖੁਸ਼ ਆ, ਮਾਮਾ ਪੂਰਾ ਵਧੀਆ ਗਾ, ਪਰ ਜਦੋਂ ਆਪਾਂ ਅੰਦਰ ਫਰੋਲਦੇ ਆ ਬੰਦੇ ਦਾ, ਉਹ ਵੀ ਪਤਾ ਲੱਗਦਾ ਵੀ ਕੀ ਦੁੱਖ ਤਕਲੀਫ ਆ। ਸੱਚ ਪੁੱਛਾਂ ਕਿ ਤੂੰ, ਮੇਰਾ ਤਾਂ ਜਮਾ ਹੀ ਮਨ ਨਹੀਂ ਲੱਗਦਾ ਤੇਰੇ ਮਾਮੇ ਨਾਲ ਰਹਿਣ ਨੂੰ, ਇੱਕ ਮਿੰਟ ਵੀ ਨਹੀਂ ਜੀ ਕਰਦਾ ਹੈਗਾ। ਉਹ ਜਦੋਂ ਕੋਈ ਖੁਸ਼ੀ ਨਹੀਂ ਮਿਲਦੀ, ਬੰਦਾ ਤੜਫਦੀ ਰਹੇ ਚਾਰੇ ਪਾਸਿਓਂ, ਰਹਿ ਕੇ ਵੀ ਕੀ ਕਰਨਾ ਇਹ ਜਿਹੇ ਇਨਸਾਨ ਨਾਲ। ਕਹਿਤਾ ਮੈਂ ਤਾਂ ਤੇਰੇ ਮਾਮੇ ਨੂੰ, ਮੈਂ ਕਿਹਾ ਜੇ ਕੀਪੂ ਇੱਥੇ ਰਹੂਗਾ ਤਾਂ ਰਹੂੰਗੀ, ਮੈਂ ਕਿਹਾ ਮੈਂ ਨਹੀਂ, ਮੈਂ ਕਿਹਾ ਜੇ ਕੀਪੂ ਨੂੰ ਕਿਤੋਂ ਮੁੜ ਕੇ ਕਿਹਾ ਨਾ ਵੀ ਘਰੋਂ ਵਗ ਜਾ, ਮੈਂ ਕਿਹਾ ਦੇਖ ਲਈ ਮੈਂ ਵੀ ਘਰੋਂ ਵਗ ਦੂੰਗੀ। ਅੱਛਾ ਕਹਿੰਦਾ ਚੰਗਾ, ਮੈਂ ਕਹਿੰਦਾ ਨੀ ਕਹਿੰਦਾ, ਕਹਿੰਦਾ ਉਹ ਤਾਂ ਫਿਰ ਮਾਮਾ ਜਾਂ ਥੋੜਾ ਜਿਹਾ ਉਹ ਕਰਨ ਲੱਗ ਜਾਂਦਾ। ਹੋਰ
ਹੁਣ ਜਿੱਦਾਂ ਤੂੰ ਆਇਆ ਨਾ ਮੇਰਾ ਜੀ ਲੱਗ ਜਾਂਦਾ ਗਾ ਵਧੀਆ ਜੀ ਕਰਦਾ ਜ਼ਿੰਦਗੀ ਜਿਉਣ ਨੂੰ ਵੀ ਮੇਰਾ ਜਦੋਂ ਹਾਣ ਪ੍ਰਵਾਨ ਗੱਲਾਂ ਕਰ ਲਾ ਮੈਂ ਹੁਣ ਤੁਹਾਨੂੰ ਸਮਝਦਾ ਤੁਹਾਡੇ ਦੁੱਖ ਫਰੋ ਲਾਂਗਾ ਕਿਵੇਂ ਪੁੱਛਦਾ ਹਨਾ ਤੂੰ ਵੀ ਮੰਮੀ ਤੈਨੂੰ ਕੋਈ ਦੁੱਖ ਤਾਂ ਨਹੀਂ ਹੈਗਾ ਵੀ ਤੂੰ ਐਂ ਉਦਾਸ ਕਿਉਂ ਰਹਿੰਦੀ ਹੈਗੀ ਤੂੰ ਖੁਸ਼ ਕਿਉਂ ਰਹਿੰਦੀ ਕਿਵੇਂ ਪੁੱਛਦਾ ਕਿੱਥੇ ਹਨਾ ਮੇਰਾ ਘਰ ਵਾਲਾ ਹੋ ਕੇ ਉਹਨੂੰ ਇਹ ਚੀਜ਼ਾਂ ਦੀ ਕਦਰ ਹੀ ਨੀ ਹੈਗੀ ਪੁੱਛਦੀ ਹੀ ਨੀ ਉਹਨੂੰ ਤਾਂ ਬਸ ਚੁੱਪ ਕਰਕੇ ਸੌਂ ਜਾਣਾਗਾ ਬਸ ਉਹਨੂੰ ਤੇ ਇੱਕ ਪਤਾ ਕੀ ਮਿਲ ਰਿਹਾ ਵੀ ਕੰਮ ਵਾਲੀ ਮਸ਼ੀਨ ਸਮਝ ਰੱਖਿਆ ਵੀ ਮੇਰਾ ਘਰ ਸਾਂਭ ਲੈਂਦੀ ਆ ਮੇਰੇ ਕੱਪੜੇ ਧੋਤੇ ਵੀ ਬਣੀ ਪਈ ਆ ਹਾਂ ਵੀ ਸਮਾਜ ਦੇ ਤੌਰ ਤੇ ਵੀ ਮੇਰੀ ਘਰ ਵਾਲੀ ਹੈਗੀ ਆ ਵੀ ਮੈਂ ਵਿਆਹ ਹੈ ਬਸ ਪਿੰਡ 'ਚ ਠੁੱਕ ਬਣਾ ਰੱਖੀ ਆ ਵੀ ਕੱਚੀ ਕਾਇਰ ਲਿਆਤੀ ਆ ਮੈਂ ਤਾਂ ਛੋਟੀ ਉਮਰ ਦੀ ਕਹਿੰਦੇ ਸੀਗੇ ਇਹਦਾ ਵਿਆਹ ਨਹੀਂ ਹੋਣਾ ਵਿਆਹ ਨਹੀਂ ਹੋਣਾ ਬਸ ਇਸੇ ਚਾਅ 'ਚ ਹੀ ਭੱਜਿਆ ਫਿਰਦਾ ਤੇਰਾ ਦੁੱਖ ਤਾਂ ਉਹਨੂੰ ਨਜ਼ਰ ਨਹੀਂ ਆਉਂਦਾ ਵੀ ਤੂੰ ਕਿਵੇਂ ਇਕੱਲੀ ਤੜਫਦੀ ਰਹਿਣੀ ਆ ਉਹ ਨਹੀਂ ਜੀਂਦਾ ਮੇਰੀ ਜਵਾਨੀ ਨਹੀਂ ਜੀਂਦੀ ਵੀ ਕਿਵੇਂ ਤੜਫਦੀ ਆ ਮੇਰੀ ਜਵਾਨੀ ਮੈਂ ਕੀ ਭਾਲਦੀ ਹੈਗੀ ਕੀ ਮੇਰਾ ਮਨ ਕਹਿੰਦਾ ਹੈਗਾ ਕਰਨ ਨਾ ਉਹ ਉਧਰ ਦਾ ਧਿਆਨ ਹੀ ਨਹੀਂ ਆਉਂਦਾ ਉਹ ਧਿਆਨ ਤਾਂ ਫੇਰ ਹੋਊਗਾ ਜੇ ਆਪ ਨੂੰ ਚਾਸੂ ਜੇ ਆਪ ਚ ਕੁਛ ਹੋਵੇ ਜੋ ਬੰਦਾ ਆਪ ਹੀ ਬੀਤਿਆ ਪਿਆ ਗਾ ਚਲ ਕੋਈ ਨੀ ਉਹਦਾ ਕੀ ਪਤਾ ਕਦੋਂ ਆਊਗਾ ਤੂੰ ਐਂ ਕਰ ਆਪਾਂ ਪੈਨੇ ਅੱਗੇ ਪੈ ਜਾ ਆਪੇ ਆ ਕੇ ਪੈ ਜਾਊਗਾ ਪੌਜੀ ਕਰੀ ਬਿੱਤੇ ਇੱਥੇ ਤਾਂ ਬਾਹਲੀ ਵਧੀਆ ਨੀ ਪੈ ਜਾ ਪੈ ਜਾ ਸਮਝ ਚੁੱਪ ਕਰਕੇ ਆਪੇ ਆ ਕੇ ਪੈ ਜੂਗਾ ਬਤਾ ਕਦੇ ਰੌਲਾ ਨਾ ਪਾਉਣ ਲੱਗ ਜੇ ਚੁੱਪ ਕਰਕੇ ਪੈ ਜਾ ਕਿਧਰੇ ਨਹੀਂ ਪਾਉਂਦਾ ਕੋਹ ਮੇਰੇ ਹਾਲੇ ਦਾ ਅੱਜ ਫੇਰ ਉੱਠੀ ਪਿਆ ਵਿਚਾਲੀ ਪਿਆ ਜਮਾਨ ਇਹਦਾ ਕੀ ਕਰੀਏ ਕਹਿ ਕੇ ਭੈਣ ਨੂੰ ਫਸ ਗਏ ਵੀ ਇੱਥੇ ਰੱਖ ਲੂੰਗਾ ਮੇਰੇ ਭਾਣ ਜੀ ਨੂੰ ਆ ਪਏ ਸੁੱਤੇ ਮੋਜ ਨੂੰ ਆ ਗਿਆ ਹੋ ਗਿਆ ਟਾਈਮ ਆਉਣ ਦਾ ਟਾਈਮ ਤਾਂ ਹੁਣ ਆਉਣਾ ਹੀ ਸੀ ਘਰੇ ਤਾਂ ਹੁਣ ਨਾ ਆਉਂਦਾ ਉਹ ਅੱਗੇ ਵੀ ਤੇ ਇਹੋ ਜਿਹੇ ਵੇਲੇ ਹੀ ਆਉਣਾ ਗਾ ਅੱਗੇ ਕਿਹੜਾ ਤੂੰ ਟਾਈਮ ਨਾਲ ਆ ਕੇ ਪੈ ਜਾਣਾ ਮੈਂ ਤਾਂ ਉਹੀ ਕਹਿਣੀ ਹੈਗੀ ਵੀ ਹੋ ਗਿਆ ਟਾਈਮ ਘਰੇ ਆਉਣ ਦਾ ਟਾਈਮ ਤਾਂ ਹੁਣ ਹੋ ਹੀ ਗਿਆ ਚਲ ਕੋਈ ਗੱਲ ਨੀ ਐਂ ਕਰ ਪੈ ਜਾ ਉਧਰਲੇ ਪਾਸੇ ਦੇਖਿਆ ਥਾਲ ਲਾਇਆ ਮੈਨੂੰ ਆਏ ਨੂੰ ਕਾਹਦਾ ਥਾਲ ਕੋਈ ਰੋਟੀ ਨੀ ਪੁੱਛਿਆ ਟੁੱਕ ਨੀ ਪੁੱਛਿਆ ਉਹ ਤੇਰੀ ਮੱਤ ਮਾਰੀ ਗਈ ਰੋਟੀਆਂ ਤਾਂ ਤੂੰ 5 ਵਜੇ ਖਾ ਕੇ ਗਿਆ ਵਾ ਘਰੋਂ ਅੱਗੇ ਕਿਹੜਾ ਦੁਬਾਰੇ ਆ ਕੇ ਖਾਣਾ ਉਹਨਾਂ ਰੋਟੀ ਚਲ ਕੋਈ ਗੱਲ ਨੀ ਮੈਂ ਤਾਂ ਭੁੱਖਾ ਪੈ ਜੂੰਗਾ ਲੈ ਕਹਿੰਦਾ ਭੁੱਖਾ ਪੈ ਜੂੰਗਾ ਭੁੱਖਾ ਕਦੋਂ ਆਗਾ ਰੋਟੀਆਂ ਖਾ ਕੇ ਤਾਂ ਗਿਆ ਉਸ ਤੋਂ ਬਾਅਦ ਮੈਂ ਤੇ ਕੀਪੂ ਨੇ ਰੋਟੀ ਖਾਧੀ ਹੈਗੀ ਉਹ ਕੀਪੂ ਸੌ ਜਾਣ ਦੇ ਜਵਾਬ ਨੂੰ ਸੁੱਤਾ ਪਿਆ ਰਹੇ ਲਠਾ ਹਾਂ ਜਿਆ ਤੂੰ ਸਿਆਣਾ ਬੈਣਾ ਤੈਨੂੰ ਮਾੜਾ ਮੋਟਾ ਤਾਂ ਅਕਲ ਆਉਣੀ ਚਾਹੀਦੀ ਆ ਕੀ ਆ ਕਰਵਾਵਾਂ ਬਾਹਰ ਅੰਦਰ ਘੁੰਮਿਆ ਵੀ ਐ ਰੋਜ਼ ਤਾਂ ਨੀ ਕੋਲੇ ਪੈਂਦੇ ਹੁੰਦੇ ਕੋਈ ਮੀਹਾਂ ਬੀਬੀ ਦੀ ਸੌ ਗੱਲ ਬਾਤ ਹੁੰਦੀ ਆ ਚੁੱਪ ਕਰ ਜਾ ਕੀ ਗੱਲਾਂ ਕਰਨੀਆਂ ਰਾਤ ਨੂੰ ਤੂੰ ਚੁੱਪ ਕਰਕੇ ਪੈਣਾ ਹੀ ਹੁੰਦਾ ਢੱਕ ਯਾਰੇ ਪੈਣਾ ਕਿਉਂ ਨਾ ਸੌ ਗੱਲਾਂ ਕਰਦੇ ਆ ਬੰਦਾ ਪਿਆਰ ਦੀਆਂ ਰਹਿਣ ਤੇ ਰਹਿਣ ਦੇ ਤੂੰ ਨਾ ਮੇਰਾ ਮੂੰਹ ਫਲਾ ਉਧਰਲੇ ਪਾਸੇ ਪੈ ਜਾ ਚੁੱਪ ਕਰਕੇ ਐ ਜਿਵੇਂ ਪਾਇਆ ਗੱਲਾਂ ਵੇਖ ਕਰਦੀ ਤੈਨੂੰ ਦਿੱਕਤ ਕੀ ਆ ਗਈ ਪੈ ਗਿਆ ਜਦੋਂ ਇੱਥੇ ਪੈ ਜਾ ਮੈਂ ਤਾਂ ਭੈਣ ਨੂੰ ਕਹਿ ਕੇ ਫਾਸ ਗਿਆ ਵੀ ਮਹੀਨਾ ਮੈਂ ਰੱਖ ਲੂੰਗਾ ਇੱਥੇ ਹੁਣ ਮਾਮਾ ਤੈਨੂੰ ਮੇਰੇ ਤੋਂ ਕੀ ਦਿੱਕਤ ਆ
ਇਹਨੇ ਕਿਤ ਭਾਣ ਜਾ ਤੂੰ ਸਿਆਣਾ ਮਿਆਣਾ ਤੈਨੂੰ ਕੇਰੇ ਹੀ ਕਹਿਤਾ ਵੀ ਇੱਕ ਅੱਧੀ ਰਾਤ ਚੱਲ ਆਇਆ ਸੀ ਪਹਿਲੇ ਦਿਨ ਡਰ ਲੱਗਦਾ ਸੀ ਵੀ ਹੁਣ ਰੋਜ਼ ਤਾਂ ਨਹੀਂ ਤੈਨੂੰ ਡਰ ਲੱਗਦਾ ਇਸੇ ਉੱਧਰਲੇ ਕਮਰੇ 'ਚ ਬਹਿ ਜਾ ਚੱਲ ਤੂੰ ਇੱਥੇ ਬਹਿ ਜਾ ਜੀ ਏ ਸੀ ਚੰਗਾ ਕਮਰਾ ਲੱਗਦਾ ਤੈਨੂੰ ਆਪਾਂ ਤਾਂ ਕੂਲਰ ਲਾ ਲਾਂਗੇ ਹੋਰ ਫਿਰ ਕੀ ਆ ਇਹ ਕੀ ਗੱਲ ਹੋਈ ਸਰ ਮੈਨੂੰ ਨੀਂਦ ਆਉਂਦੀ ਹੈਗੀ ਉੱਧਰਲਾ ਕਮਰਾ ਤਾਂ ਮੈਂ ਤਾਂ ਆਪਦੇ ਬੈਠਾ ਕੀ ਪਊਂਗੀ ਇੱਥੇ ਉੱਥੇ ਨੀ ਮੇਰੇ ਤੋਂ ਪਿਆ ਜਾਂਦਾ ਮੰਜੇ ਤੇ ਮੇਰੇ ਤਾਂ ਢੂਹੀ ਦੁਖਦੀ ਹੈ ਅਗਲੀ ਵਾਰੀ ਗੱਲਾਂ ਦੇ ਕਰਦੀ ਕੀ ਮੈਨੂੰ ਤੇਰੀ ਸਮਝੀ ਨਹੀਂ ਆਉਂਦੀ ਕਿਉਂ ਜਿੱਦੇ ਦੀ ਆਈਆਂ ਮੈਂ ਇਸੇ ਬੈਡਾਂ ਤੇ ਇੱਥੇ ਪੈਣੀ ਹੈ ਕਿ ਕਦੇ ਪਈਆਂ ਕਿ ਮੈਂ ਬਾਹਰ ਫਿਰ ਆਏ ਪੈਣ ਦਾ ਮਜਬੂਰੀ ਚ ਫਿਰ ਪੈਣਾ ਵੀ ਪੈ ਜਾਂਦਾ ਹੁੰਦਾ ਇਹ ਕਾਦੀ ਮਜਬੂਰੀ ਆ ਪੈ ਗਿਆ ਜਵਾਕ ਆ ਕੇ ਫਿਰ ਕਿ ਹੁਣ ਕਿਉਂ ਇਹਦੇ ਸਾਹਮਣੇ ਸੁਣਾਈ ਨਾ ਨੀਂਦ ਵੀ ਖਰਾਬ ਕਰਤੀ ਉਹਦੀ ਤੂੰ ਉਹਦੀ ਨੀਂਦ ਕਾਦੀ ਖਰਾਬ ਕਰਤੀ ਵੀ ਉਹਨ ਕਿਹਾ ਗਾ ਮਾੜਾ ਮੋਟਾ ਸਮਝ ਜੂ ਵੀ ਤੇ ਪਹਿਲੀ ਵਾਰ ਆਇਆ ਸੀ ਆਇਆ ਤਾਂ ਹੈਗਾ ਬਣ ਜੇ ਫਿਰ ਦੇਣੇ ਮੈਂ ਗੱਲਾਂ ਬਾਤਾਂ ਕਰੀ ਜਾਓ ਬੈਠੇ ਰਹੋ ਸਾਰੇ ਦਿਨ ਮੈਂ ਕਿਹੜਾ ਤੁਹਾਨੂੰ ਐਂ ਕਹਿਣਾ ਵੀ ਤੂੰ ਆਪ ਸਿਆਣਾ ਮੈਣਾ ਤੂੰ ਦੂਜੇ ਕਮਰੇ ਚ ਪੈ ਸਕਦਾ ਕੂਲਰ ਲਾ ਲਾ ਕੋਲੇ ਪਿਆ ਗਾ ਹੁਣ ਤਾਂ ਨੀ ਡਰ ਲੱਗਦਾ ਹੁਣ ਇੱਕ ਪਾਸੇ ਪੈ ਸਕਦਾ ਚੱਲ ਪੈ ਜੇ ਕੋਈ ਗੱਲ ਨੀ ਇਹਦੇ ਠੀਕ ਹੋਊਗਾ ਤੂੰ ਪਏ ਉੱਧਰ ਚੁੱਪ ਕਰਕੇ ਮਾਮਾ ਮੈਂ ਤਾਂ ਇੱਥੇ ਹੀ ਬੋਲਾਂ ਮੰਮੀ ਕੋਲ ਪਾ ਜਾ ਭਾਈ ਨਹੀਂ ਮੰਨਦੀ ਕਿ ਨਾ ਲੱਗਾ ਨਾ ਹੋਗਾ ਨਾ ਸਿੱਧਾ ਆਏ ਸਿੱਧਾ ਹੁੰਦਾ ਗਾ ਇਹ ਆਏ ਨਹੀਂ ਲੋਸ ਮਾਮਾ ਮੇਰੇ ਆਏ ਤੂੰ ਲੜਦੇ ਹੋ ਕਿ ਪਹਿਲਾਂ ਹੀ ਆਏ ਕਰਦੇ ਹੋ ਕਿਤੇ ਨਹੀਂ ਮੰਨਦੀ ਫਿਰ ਉਹਦੇ ਲੜਨਾ ਪੈਂਦਾ ਜੇ ਮੰਨ ਜਾਂਦੀ ਇਸ ਚੁੱਪ ਕਰ ਜਾ ਵਧੀਆ ਮਾਮੀ ਮਾਮਾ ਤਾਂ ਇੱਕ ਤਾਂ ਰੱਖਣੀ ਨਹੀਂ ਹੁੰਦੀ ਯਾਰ ਰੱਖਣੀ ਕਿਉਂ ਨਹੀਂ ਆਉਂਦੀ ਮਾਮਾ ਦਾ ਬਥੇਰਾ ਪਿਆਰ ਕਰਦਾ ਇਹਨੂੰ ਇਹ ਨੀ ਸਮਝਦੀ ਹੈਗੀ ਇਹਦੀ ਗਿੱਚੀ ਪਿੱਛੇ ਕਹਿੰਦੇ ਤਾਂ ਹੁੰਦੇ ਆ ਮੈਂ ਬੁੜੀਆਂ ਦੀ ਗਿੱਚੀ ਪਿੱਛੇ ਮੱਤ ਹੁੰਦੀ ਹੈਗੀ ਉਹ ਹੈਗੀ ਇਹ ਹੁਣ ਤੂੰ ਚੁੱਪ ਕਰਕੇ ਸੌਣਾ ਤੇ ਮੰਜਾ ਬਾਹਰ ਨਹਾਉਣਾ ਆਉਂਦਾ ਆਏ ਮੇਰਾ ਮੰਜਾ ਕੇ ਮਿਟਾ ਦੇਗੀ ਬਾਹਰ ਹੈ ਕਿਉਂ ਨੀ ਸਾਰਾ ਕੁਛ ਹੈਗਾ ਮੇਰੇ ਕੋਲੇ ਚੰਗਾ ਸੌ ਜਾ ਹੁਣ ਫਿਰ ਚੱਲ ਤੁਸੀਂ ਸੌ ਜਾਓ ਮੈਂ ਤਾਂ ਬੋਲੀ ਹੂੰ ਤਾਂ ਆਏ ਦੋਨੇ ਦੇ ਮੈਂ ਬਏ ਦੋਨੇ ਮੂੰਹ ਨਾ ਮੂੰਹ ਜੋੜੀ ਸਾਲੇ ਕੁੱਤੇ ਮੈਨੂੰ ਲਿਆ ਦੋਨਾਂ ਨੂੰ ਨਾ ਮਾਰਨਾ ਬਹਿ ਜੇ ਜਾਣਾ ਹੋਰ ਕੀ ਆ ਯਾਰ ਮਨ ਕਿਆ ਪਿਆ ਆ ਬਈ ਮੋਏ ਉਹਦੇ ਨਾਲ ਹੱਥ ਨਾਲ ਤੇ ਧਰੀ ਸਿਰ ਤੇ ਦੇਖ ਅੱਜ ਕੱਲ੍ਹ ਮਾਮਾ ਮਾਮੀ ਦਾ ਗੱਲਾਂ ਦੇਖ ਲਓ ਇਹ ਇਕੱਠੇ ਪਏ ਆ ਕਿਹੜਾ ਬੰਦਾ ਵਿਆਹ ਹੈਗਾ ਉਹ ਪਿਆ ਪਰੇ
ਵਿਚਾਲੇ ਮੋੜਾ ਅੜਕੇ ਪੈ ਗਿਆ ਪ੍ਰਾਹੁਣਾ, ਬੜਾ ਸਿਰ ਪਾਗਾ ਯਾਰ। ਚੱਲ ਪੈ ਜਾ ਭਾਈ, ਹੋਰ ਕੀ ਆ, ਜੇ ਇਹਨੂੰ ਕੁੜਦੇ ਮਾਰਦੇ ਫਿਰ ਵੀ ਔਖਾ। ਉਹ ਕਿਵੇਂ ਬਣ ਗਿਆ? ਠੀਕ ਆ ਮਾਮਾ। ਹੋਰ ਉਰੇ ਪੈ ਗਿਆ? ਬਸ ਉਰੇ ਪੈ ਗਿਆ, ਉੱਥੇ ਫਿਰ ਮਾਮੀ ਪਈ ਸੀ। ਅੱਛਾ, ਜੇ ਮੈਂ ਉੱਥੇ ਪੈ ਜਾਂਦਾ ਫਿਰ ਤੈਨੂੰ ਬੁਰਾ ਲੱਗਦਾ ਗਾ, ਵਾਧਾ ਵੀ ਤੂੰ ਕਹਿੰਦਾ ਇੱਥੇ ਪਿਆ ਰਹਿਣਾ ਦਿਨ ਰਾਤ, ਤਾਂ ਮੈਂ ਇੱਥੇ ਆ ਕੇ ਪੈ ਗਿਆ। ਉਹ ਬੁਰਾ ਨਹੀਂ ਲੱਗਦਾ। ਹੋਰ ਮਾਮਾ ਕੀ ਆ ਯਾਰ, ਤੂੰ ਐਵੇਂ ਉਹ ਪ੍ਰਾਹੁਣੀ ਨਹੀਂ ਫਿਰ ਉਹ ਕਰਦੀ ਵੀ ਚੱਲ ਇੱਧਰਲੇ ਪਾਸੇ ਤੂੰ ਪਿਆ, ਚੱਲ ਇੱਧਰ ਅਸੀਂ ਪੈ ਗਏ, ਐ ਨਹੀਂ ਮੰਨਦੀ। ਉਹ ਡਰ ਲੱਗਦਾ ਮੈਨੂੰ, ਵਿਚਾਲੇ ਪਾ ਕੇ ਪੈ ਜਾਂਦੀ ਆ। ਉਹ ਕੀ ਹੁੰਦਾ ਗਾ, ਤੇ ਸੱਚ ਮੈਂ ਤਾਂ ਗੱਲਾਂ ਚ ਐਂ ਕਹਿੰਦਾ ਸੀਗਾ, ਵਿਆਹ ਨੂੰ ਇੰਨਾ ਚਿਰ ਹੋ ਗਿਆ, ਜਵਾਕ ਜਬੂਕ ਹੋਈ ਨੀ ਗਾ। ਜਵਾਕ ਤਾਂ ਜੇ ਹੁਣ ਇੱਕ ਤਾਂ ਕੋਲੇ ਪਵੇ ਤਾਂ ਫਿਰ ਹੀ ਯਾਰ, ਉਹ ਕਿਤੇ ਕਹਿੰਦੇ ਸੀ ਤਾਂ ਤਨ ਵੀ ਕਿਹਾ ਗਿਆ ਬਾਹਰ ਪੈ ਜਾ, ਕਿਤੇ ਉਹ ਕਹਿੰਦਾ ਨਾਨਾ ਹੋ ਗਿਆ ਤੇ ਔਖਾ ਹੋ ਗਿਆ। ਉਹ ਕਦੇ ਤਾਂ ਸੋਫੀ ਆਉਂਦੀ ਹੋਏਗਾ, ਐਂ ਥੋੜ੍ਹੀ ਆ ਵੀ ਹੁਣ ਹੋ ਗਿਆ ਸੀ ਬੱਚਾ, ਉਹ ਕੋਈ ਚੱਕਰ ਪੈ ਗਿਆ। ਅੱਛਾ, ਫਿਰ ਐਂ ਤਾਂ ਫਿਰ ਹੁਣ ਵਿਆਹ ਹੋਏ ਨੂੰ ਵੀ ਕਾਫੀ ਟਾਈਮ ਹੋ ਗਿਆ। ਹੋ ਤਾਂ ਗਿਆ ਹੁਣ, ਤੇ ਫਿਰ ਮਾੜਾ ਮੋਟਾ ਕੋਈ ਚੱਕਰ ਪੈ ਗਿਆ, ਉਹ ਫਿਰ ਗੁੜੀਆਂ ਵਾਲੀ ਦਵਾਈ ਦਵੂਈ ਹੁੰਦੀ ਆ। ਅੱਛਾ, ਦਵਾਉਣੀ ਪਊਗੀ। ਹੋਰ ਫਿਰ ਯਾਰ ਸੰਤਾਨ ਤਾਂ ਤੁਸੀਂ ਅੱਗੇ ਵਧਾਓ। ਹੋਰ ਮੈਂ ਤਾਂ ਬਥੇਰੇ ਮਾਮਾ, ਮੈਂ ਤੈਨੂੰ ਦੱਸਾਂ, ਲੋਕ ਪਿੰਡ 'ਚ ਤਾਂ ਜੇ ਤੇਰੇ ਜਵਾਕ ਨਹੀਂ ਹੋਇਆ ਤੈਨੂੰ ਕਸੂਰਵਾਰ ਠਹਿਰਨਗੇ, ਵੀ ਆਹ ਬੁੜੇ ਜੇ 'ਚ ਕਸੂਰੀ ਹੋਊਗੀ ਤਾਂ ਨਹੀਂ ਇਹਦੇ ਜਵਾਕ ਹੁੰਦਾ। ਮੈਂ ਬਾਹਰ ਅੰਦਰ ਫਿਰਦੇ ਹੀ ਆ ਲੋਕਾਂ ਦੇ ਰੌਲੇ ਨੂੰ ਮੇਟਦਾ, ਸਭ ਕੁਛ ਕਰਦਾ, ਮੈਂ ਤੈਨੂੰ ਬੇਸ਼ਰਮੀ ਦੇਣਗੇ ਯਾਰ। ਹੁਣ ਕਿ ਤੇਰੇ 'ਚ ਥੋੜ੍ਹੀ ਖਰਾਬੀ ਖਰੂਬੀ ਆ, ਆਪਣੇ ਤਾਂ ਕੋਈ ਨਹੀਂ ਆ, ਮਾੜੀ ਮੋਟੀ ਤਾਂ ਦਾਰੂ ਵੇਲਾ ਕਰਕੇ ਗਰਮਾਇਸ਼ ਗਰਮੂਸ਼ ਹੋ ਜਾਂਦੀ ਹੈ। ਨਹੀਂ ਮੈਂ ਕਿਹਾ ਕਈ ਵਾਰ ਉਮਰ ਵੀ ਤੇਰੀ ਵੱਡੀ ਆ ਤਾਂ ਕਈ ਵਾਰ ਫਿਰ ਨਾ ਨਾ ਇਹ ਤਾਂ ਕੋਈ ਚੱਕਰ ਨਹੀਂ, ਕਮਜ਼ੋਰੀ ਪੈ ਜਾਂਦੀ ਆ। ਨਹੀਂ ਮਾਮਾ, ਹਾਸੀ ਮਜ਼ਾਕ ਵਾਲੀ ਗੱਲ ਅਲੱਗ ਰਹੇਗੀ, ਮੈਂ ਤੈਨੂੰ ਐਂ ਕਹਿਣਾ ਜੇ ਕੋਈ ਕਮਜ਼ੋਰੀ ਹੋ ਵੀ ਹੈ ਵੀ ਆ, ਇਹ ਚੀਜ਼ਾਂ 'ਚ ਕੋਈ ਸੰਗ ਨਹੀਂ ਹੁੰਦੀ। ਐਂ ਤਾਂ ਮੈਂ ਪਵੜਾਕੇ ਪਾ ਦਿੰਦੇ ਹਾਂ। ਹਾਂ, ਡਾਕਟਰ ਨੂੰ ਦਿਖਾ ਲੇ, ਜੇ ਟਾਈਮ ਸਿਰ ਇਲਾਜ ਹੋਵੇ, ਵਿਗੜਦੀ ਗੱਲ ਤਾਂ ਸੰਭਲ ਜਾਂਦੀ ਆ, ਜੇ ਜਮਾਂ ਵਿਗੜ ਜੇ ਫੇਰ ਜਮਾਂ ਔਖਾ ਹੋ ਜਾਂਦਾ। ਉਹ ਫਿਰ ਉਹ ਵਿਗੜੀ ਗਈ, ਹੁਣ ਵਿਚਾਰੋਂ ਕੀ ਕਰੀਏ। ਹੁਣ ਤੂੰ ਦਵਾਈ ਦਵੂਈ ਚੰਗੀ ਲੈ ਕੇ ਕੋਈ ਕਰ ਲਾ ਜਵਾਕ ਦਾ, ਇਹਨੂੰ ਦਵਾਈ ਦਵੂਈ ਦਵਾਉਣਾ ਕੋਈ, ਆਪ ਤੂੰ ਆਪ ਦਾ ਵੀ ਦੇਖ ਲਾ ਮਾੜਾ ਮੋਟਾ। ਮੇਰੇ ਮਨੀ ਦਾ ਕੋਈ ਕਮੀ ਨਹੀਂ ਡਾਕਟਰ ਕਹਿੰਦਾ। ਅੱਛਾ, ਤੇ ਬਸ ਆਹੀ ਆ ਨਾ ਆਹੀ ਗੱਲ। ਹੁਣ ਜੇ ਜਵਾਕ ਨਾ ਹੋਇਆ ਤੁਸੀਂ ਦੋ ਟੋਟਰੂ ਰਹਿ ਜਾਓਗੇ, ਆ ਝੋਟੇ ਦੇ ਸਰ ਵਰਗੇ ਜਿਹੜੇ 45 ਕਿੱਲੇ ਆ, ਇਹ ਤਾਂ ਇੱਥੇ ਰਹਿ ਜਾਣਗੇ। ਜਾਂ ਫਿਰ ਤੁਸੀਂ ਗੋਦਗਾਬ ਦੇਖ ਲਓ ਕੋਈ, ਜੇ ਨਹੀਂ ਉਹ ਹੁੰਦਾ। ਨਾ ਨਾ, ਜੁਗਾੜ ਦੇ ਉੱਪਰ ਕੋਈ ਲੋੜ ਹੀ ਨਹੀਂ ਪੈਂਦੀ। ਗੋਦਗਾਦ ਦੇਖ ਲਓ ਜੇ ਗੋਦਾ। ਨਾ ਨਾ ਨਾ, ਗੋਦ ਪਾਈਏ ਪਹਿਲਾਂ, ਬਸ ਬੱਚਾ ਕੁਦਰਤੋਂ ਹੋ ਗਿਆ, ਆਪਾਂ ਤਾਂ ਬਥੇਰਾ ਉਹ ਕਰਦੇ ਹੁਣ ਰੱਬ ਦੀ ਮਿਹਰ ਵੀ ਉੱਤੋਂ। ਰੱਬ ਤਾਂ ਸੁਣੂਗੀ, ਬਸ ਆਪ ਵੀ ਥੋੜ੍ਹਾ ਜਿਹਾ ਉਹ ਕਰ ਲਏ। ਬਸ ਪਹਿਲਾਂ ਮੈਂ ਦਾਰੂ ਪਹਿਲਾਂ ਬਾਹਲਾ ਪੀ ਪੂ ਲਾਉਂਦਾ ਸੀ, ਹੋਰ ਐਂ ਤਾਂ ਹੁਣ ਮਾਮਾ
ਛੱਡ ਰੱਖੀ ਆ, ਪਿੰਡ ਚ ਹੀ ਔਖਾ ਹੋ ਜਾਂਦਾ ਯਾਰ ਵੀ, ਨਾ ਮੈਂ ਦਾਰੂ ਦੂਰੂ ਛੱਡ ਰੱਖੀ ਆ, ਹੁਣ ਤਾਂ ਮੈਂ ਕੋਲੇ ਉੱਥੇ ਹੁੰਦਾ ਗਾ, ਚੌੜ ਫੌੜ ਕਰੀ ਦੀ ਆ ਬਸ, ਟਾਈਮ ਪਾਸ ਹੋ ਜਾਂਦਾ ਵਾ, ਐਵੇਂ ਲਾਵਾ ਪਿੰਡ ਦੇ ਲੋਕ ਜਿਉਣ ਨਹੀਂ ਦਿੰਦੇ, ਰੱਜ ਕੇ ਖੁਰਾਕ ਰੂਕ ਖਾਏਗਾ ਝੋਟੇ ਵਰਗੀ, ਖੁਰਾਕ ਰੂਕ ਵਾਧੂ ਆਪਣੇ, ਆਪਣੇ ਕੋਲੇ ਕਿਹੜਾ ਪਾਸੇ ਦਾ ਤੋੜਾ, ਵਾਧੂ ਕੁਛ ਰੱਬ ਦਾ ਦਿੱਤਾ, ਚੱਲ ਹੋ ਜੂ ਜਿਹੋ ਜਿਹਾ ਰੱਬ ਨੇ ਜਦੋਂ ਦੇਣਾ ਹੋਇਆ ਜਵਾਕ, ਹਾਂ ਪਹਿਲਾਂ ਨਹੀਂ ਹੋ ਹੀ ਜਾਂਦਾ ਜਿੰਦਾ ਕੱਢਾ ਹੋ ਜਾਂਦਾ, ਕੋਸ਼ਿਸ਼ ਕਰਨਾ ਆਪਦੀ ਫਰਜ਼ ਆ, ਤੂੰ ਤਾਂ ਆਇਆ ਨੀ ਜਿੰਦਾ, ਉਹ ਪੰਜ ਛੇ ਸਾਲ ਦਾ ਹੋ ਜਾਣਾ, ਚੱਲ ਮਾਮਾ ਹੋ ਜੂਗਾ, ਮੈਂ ਸੌਂ ਜਾ, ਹੋਰ ਸੌਂ ਜਾ ਮੈਂ, ਚੱਲ ਜੇ ਨੀਂਦ ਆਉਂਦੀ ਬਾਈ ਜਾ, ਤੂੰ ਮਾਮੀ ਇਕੱਲੀ ਬੈਠੀ ਹੋਊਗੀ, ਗੱਲਾਂ ਗੁੱਲਾਂ ਕਰ ਲਓ ਤੁਸੀਂ, ਕੋਈ ਇਸ ਤਾਂ ਗੱਲਾਂ ਹੀ ਕਰੀ ਜਾ, ਲੈ ਕਹਿੰਦਾ ਮੈਂ ਤਾਂ ਖੰਭ ਮਾਰਦਾਂਗਾ ਵੀ ਮਾਮੀ ਝੂਠ ਬੋਲਦੀ ਆ, ਕਹਿੰਦੀ ਕੰਡ 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 ਕੰਡਾ ਤਾਂ ਤੇਰੇ ਮਾਮੇ 'ਚ ਨਹੀਂ, ਕੀ ਕਹਿੰਦੇ ਹੁੰਦੇ ਆ ਉਹ, ਹੁਣ ਮਾਮਾ ਅੱਛਾ ਮੈਨੂੰ ਪਤਾ ਹੀ ਨਹੀਂ ਗਾ ਤੇਰੀ ਉਮਰ ਹੋ ਰਹੀ ਆ, ਸ਼ਰਾਬ ਨੇ ਤੂੰ ਖਾ ਰੱਖਿਆਂਗਾ ਵੀ, ਹੁਣ ਜੇ ਤੇਰੇ 'ਚ ਸਾਰਾ ਕੁਛ ਮੁੱਕਿਆ ਪਿਆ ਦਾਣਾ ਪਾਣੀ, ਦੋਸ਼ ਤੂੰ ਮਾਮੀ ਨੂੰ ਲੈ, ਕਹਿੰਦਾ ਡਾਕਟਰ ਕੋਲੇ ਲਿਜਾਊਂਗਾ ਵੀ, ਤੂੰ ਮਾਮੀ ਨੂੰ ਡਾਕਟਰ ਕੋਲੇ ਕੀ ਲਿਆਏਗਾ, ਤੂੰ ਆਪ ਦੇਖ ਕੋਈ ਚੱਜ ਦੀ ਦਵਾਈ ਲੈ ਲਾ, ਮਾਮੀ ਨੂੰ ਦੋਸ਼ ਦੇਈ ਜਾਂਦਾਗਾ, ਬਸ ਉਹ ਵੀ ਮਾਮੀ ਦੀ ਗੱਲ ਸਹੀ ਸੀ ਵੀ ਲੋਕਾਂ ਸਾਹਮਣੇ ਤਾਂ ਐਂ ਸੱਚਾ ਬਣਦਾ ਵੀ ਮੈਂ ਕਿੰਨਾ ਕੁ ਪਿਆਰ ਕਰਦਾਂਗਾ ਕੀ ਕਰਦਾਂਗਾ, ਬਸ ਅੰਦਰੋਂ ਮਾਮੀ ਜਾਣਦੀ ਆ, ਮੈਂ ਵੀ ਜਾਣ ਗਿਆ ਹੁਣ ਮਾਮੇ ਬਾਰੇ ਵੀ ਗੱਲਾਂ ਵਾਲੀਆਂ, ਮਾਮਾ ਕੁਛ ਹੁੰਦਾ ਹੁੰਦਾ ਹੈ ਨਹੀਂ ਗਾ, ਚੱਲ ਯਾਰ ਮਾਮੀ ਤੰਗ ਹੋਈ ਜਾਂਦੀ ਆ, ਵਧੀਆ ਸੁਣ ਲੈ ਰੱਬ ਇਹਨਾਂ ਦੀ, ਯਾਰ ਕੰਮ ਹੋ ਗਿਆ ਖਰਾਬ, ਭਾਣ ਜਾ ਸੱਦਿਆ ਤਾਂ ਅਸੀਂ ਚੱਲ ਵੀ ਰਹੇ ਭੂਆ, ਇਹ ਤਾਂ ਭੈਣ ਦੇ ਨਹੀਂ ਭਾਣ ਜੇ ਨੇ ਗੱਲਾਂ ਕਰੀ ਜਾਂਦੀ ਆ, ਵਿਚਾਲੇ ਉਹਨੂੰ ਪਾ ਲੈਂਦੀ ਆ ਪਾਸੇ ਤੇ ਸ਼ਰਟ 'ਤੇ, ਮੈਨੂੰ ਆਖੂ ਤੂੰ ਇੱਧਰ ਪੈ ਜਾ ਚਾਹੇ ਬਾਹਰ ਪੈ ਜਾ, ਕੰਮ ਖਰਾਬ ਹੋ ਗਿਆ, ਪਾਣੀ ਟੱਪੀ ਜਾਂਦਾ ਪੁਲਾਂ ਦੇ ਉੱਤੋਂ ਦੀ ਵੀ, ਕਹਿੰਦੇ ਉਹਨੇ ਕਿ ਮੈਂ ਭਾਖੜਾ ਦਾ ਪਾਣੀ ਉਹਦੇ ਉੱਤੋਂ ਦੀ ਨਹੀਂ ਟੱਪ ਗਿਆ ਪੁਲ ਦੇ, ਉਹ ਕੰਮ ਹੋ ਗਿਆ, ਤਾਂਹੀਓ ਮੈਨੂੰ ਐਂ ਜੇ ਕਰੀ ਜਾਂਦੇ ਤਲਾਕ ਦੇ ਤੂੰ, ਫਲਾਨਾ ਕਰ ਦੂੰ ਧਿਉਂਕਾ ਕਰ ਦੂੰ, ਕਿਤੇ ਇਹਦੇ ਨਾਲ ਹੀ ਨਾ ਉੱਡ ਅੱਡ ਜੇ ਬੜਾ ਉਹ, ਐਂ ਕਰਕੇ ਹੁਣ ਜਵਾਕ ਜੇ ਨੂੰ ਭੇਜੀਏ, ਇਹ ਤਾਂ ਚੋਰ ਨੂੰ ਆਪਾਂ ਬਾਹਰ ਦੀ ਵਾਰੀ ਭੇਜਦੇ ਯਾਰ, ਇਹਨੂੰ ਪਤਾ ਹੀ ਨਾ ਲੱਗਣ ਦੇ, ਇਹਨੂੰ ਉਦੋਂ ਪਤਾ ਲੱਗੂ ਕਿਦੋਂ ਅੰਦਰੋਂ ਅੰਦਰੋਂ ਨਿਕਲੀ, ਅਤੇ ਫਿਰ ਪਤਾ ਲੱਗੂ ਵੀ ਕਿੱਧਰ ਗਿਆ, ਕਹਿੰਦੂ ਆ ਕੀ ਪਤਾ ਕਿੱਧਰ ਗਿਆ ਗਾ, ਮੈਨੂੰ ਕੀ ਦੱਸ ਕੇ ਗਿਆ ਗਾ, ਉਹ ਤਾਂ ਮੂੰਹ ਜੋੜ ਜੋੜ ਗੱਲਾਂ ਕਰਦੇ ਆ, ਇਸੇ ਤਾਂ ਨਾਲ ਹੀ ਮੂੰਹ ਨਾਲ ਮੂੰਹ ਜੋੜ ਕੇ ਪੈ ਜਾਂਦੀ ਆ, ਬਸ ਬਸ ਮੇਰਾ ਤਾਂ ਯਾਰ ਕੋਈ ਵੀ ਇੱਥੇ ਉਹ ਨਹੀਂ ਰਿਹਾ ਜਾਣ, ਕਿੱਦਾਂ ਦਾ ਜਮਾਂ ਬੁਲਾਉਣ ਵੀ ਹਟ ਗਈ, ਅੱਗੇ ਪਿਆਰ ਪੂਰ ਕਰ ਲਾਂਦੇ ਰਾਤ ਰੂਤ ਨੂੰ, ਹੁਣ ਜਮੀ ਉਹ ਹੋ ਗਈ ਆਖੂ ਉਹ ਜਾਂ ਐਂ ਹੋ ਜਾ ਫਲਾਨਾ ਹੋ ਜਾ ਵਾਹ ਹੋ ਜਾ, ਬਸ ਇਸੇ ਨਾ ਪਣ ਉਰੇ ਆ ਜਾ ਤਾਂ ਉਰੇ ਆ ਜਾ, ਪਣ ਜਾ ਉਰੇ ਆ ਜਾ,
ਇਹਦੇ ਨਹੀਂ ਮੋਹ ਪਾਉਂਦੀ ਜਾਂਦੀ ਆ ਯਾਰ, ਮੈਨੂੰ ਲੱਗਦਾ ਮੈਨੂੰ ਕਿਤੇ ਧੋਖਾ ਨਾ ਦੇ ਜੇ ਮੇਰਾ ਘਰ ਪੱਟਿਆ ਜਾਊ ਜਮੀ। ਆਪਾਂ ਇਸੇ ਨੂੰ ਤੋਰ ਦਾਨੇ ਆ, ਆਪਾਂ ਤਾਂ ਇਹਦੇ ਸ਼ੱਕ ਹੋ ਗਿਆ ਭਰਾ ਪੂਰਾ। ਮੈਂ ਤਾਰਾ ਦਾ ਇਹਦੇ ਨਾਲ ਗੱਲਬਾਤ ਕਰ ਲਈ ਚੋਰ ਮਸ਼ਪੋਰ, ਬਸ ਇੱਕ ਮੈਂ ਘਰੋਂ ਨਹੀਂ ਜਾਂਦਾ ਗਾ, ਜਿੱਦਾਂ ਮੈਂ ਘਰੋਂ ਆ ਗਿਆ ਬਸ ਉਹਦੀ ਮੈਨੂੰ ਤਾਂ ਇੱਥੇ ਆਉਂਦੀ। ਬੜਾ ਕੰਮ ਖਰਾਬ ਹੋਇਆ, ਇਹ ਤਾਂ ਸਾਬਣ ਨਹੀਂ ਤਿਲਕਦੀ ਹੁੰਦੀ, ਐਂ ਤਿਲਕ ਗਈ, ਹੁਣ ਤਾਂ ਬੁਰਾ ਹਾਲ ਹੋ ਗਿਆ ਆਪਣਾ। ਹੁਣ ਤਾਂ ਦਾਰੂ ਛੱਡਤੀ ਸੀ, ਹੁਣ ਗੱਲਾਂ ਦਾ ਟਾਈਮ ਆਇਆ ਸੀਗਾ, ਹੁਣ ਇਹ ਆ ਗਿਆ ਸਜਰਾ। ਸੱਦਿਆ ਤਾਂ ਐਂ ਸੀ, ਮੈਂ ਚੱਲ ਆ ਜੂ ਪੰਜ ਸੱਤ ਦਿਨ, ਕੀ ਪਤਾ ਵੀ ਸੋਹਣਾ ਦੇਖ ਕੇ ਡੁੱਲ ਗਈ। ਬਸ ਕੰਮ ਖਰਾਬ ਹੋ ਗਿਆ, ਇਹਨੂੰ ਤੋਰ ਗਏ ਜਵਾਬ ਜੇ ਇਹਨੂੰ ਯਾਰ ਬਾਹਰ ਦੀ ਵਾਰ। ਕਿੱਟ ਜੀ ਇਹਦੀ ਚੱਕ ਕੇ ਨਾ, ਮੈਂ ਕਿੱਟ ਜੀ ਚੱਕ ਬਾਹਰ ਦੀ ਵਾਰ ਭੇਜ।